This program is sponsored by Dayal Sweets, Gill Road, Ludhiana, Astro Plus, MS International, Guru Machine Company, Harisar Engineering Company, Pilot Swimming Machine Company. Hospital ch ilaaj adheen mareejan di sahayata layi Ludhiana de ik school de bachiyan vallon navi pehal kiti gayi hai, jis de tahat RS Senior Secondary School de kareeb 4100 ton vadh bachiyan vallon hafte de 2 din apni maa de hathan naal taiyar kite gaye paranthe ਲੈ ਕੇ ਆਉਂਦੇ ਹਨ ਜੋ ਹਸਪਤਾਲ ਵਿੱਚ ਦਾਖਲ ਜ਼ਰੂਰਤਮੰਦ ਮਰੀਜ਼ਾਂ ਲਈ ਸਕੂਲ ਦੇ ਬਰਾਂਡੇ ਅੰਦਰ ਰੱਖੀ ਸਪੈਸ਼ਲ ਟ੍ਰੇ ਵਿੱਚ ਰੱਖੇ ਜਾਂਦੇ ਹਨ ਇਸ ਮਹਿਮ ਲਈ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਲੀ rayapositivity.com ਦੇ ਐਮਪੀ ਸਿੰਘ ਤੇ ਮੈਡਮ ਸੁਨੀਤਾ ਨੇ ਦੱਸਿਆ ਕਿ ਇਹ ਬਹੁਤ ਚੰਗੀ ਪਹਿਲ ਹੈ ਜਿਸ ਦੇ ਤਹਿਤ DMC ਸਿਵਲ ਅਤੇ ਕ੍ਰਿਸ਼ਨਾ ਹਸਪਤਾਲ ਦੇ ਮਰੀਜ਼ਾਂ ਨੂੰ ਪਰਾਂਠੇ ਪਹੁੰਚਾਏ ਜਾਂਦੇ ਹਨ ਇਸ ਛੋਟੀ ਉਮਰ 'ਚ ਬੱਚਿਆਂ ਨੂੰ ਇੱਕ ਚੰਗੇ ਕਾਰਜ ਵਿੱਚ ਲਗਾਉਣਾ ਉਹਨਾਂ ਨੂੰ ਚੰਗਾ ਇਨਸਾਨ ਹੀ ਨਹੀਂ ਬਣਾਏਗਾ ਸਗੋਂ ਕਿਸੇ ਜ਼ਰੂਰਤਮੰਦ ਦੀ ਸੇਵਾ ਕਰਨਾ ਵੀ ਸਿਖਾਏਗਾ ਮੇਰਾ ਨਾਮ ਐਮਪੀ ਸਿੰਘ ਹੈ ਜੀ ਸਾਡੇ NGO ਦਾ ਨਾਮ ਰੇ ਆਫ ਪੋਜ਼ਿਟਿਵਿਟੀ ਹੈ ਅਸੀਂ ਸਮਾਜ ਦੇ ਵਿੱਚ ਜੋ ਵੀ ਕੋਈ ਪ੍ਰੋਬਲਮਸ ਹੈ ਕੋਈ ਕੁਰੀਤੀਆਂ ਕੁਛ ਵੀ ਚੱਲ ਰਿਹਾ ਜੀ ਉਹਨੂੰ ਪੋਜ਼ਿਟਿਵ ਕਰਨ ਲਈ ਇਕੱਠੇ ਹੋਏ ਹਾਂ ਜੀ ਬਹੁਤ ਸਾਰੇ ਵਲੰਟੀਅਰਸ ਦੀ ਟੀਮ ਹੈ ਇੱਕ ਸਾਡਾ ਰੈਗੂਲਰ ਪ੍ਰੋਜੈਕਟ ਹੈ ਮਾਂ ਕੀ ਰਸੋਈ ਇਸ ਪ੍ਰੋਜੈਕਟ ਦਾ ਨਾਮ ਤਾਂ ਕਰਕੇ ਰੱਖਿਆ ਕਿ 4260 ਪਰਿਵਾਰਾਂ ਦੀਆਂ ਮਾਵਾਂ ਆਪਣੇ ਹੱਥੋਂ ਇੱਕ ਇੱਕ ਦੋ ਦੋ ਪੰਜ ਪੰਜ ਪਰੌਂਠੇ ਬਣਾ ਕੇ ਭੇਜਦੀਆਂ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਅਤੇ ਤਕਰੀਬਨ 7 ਤੋਂ 8 ਹਜ਼ਾਰ ਰੋਟੀਆਂ ਪਰੌਂਠੇ ਜੋ ਵੀ ਆਉਂਦੇ ਆ ਅਸੀਂ ਸਿਵਲ ਹੋਸਪਿਟਲ DMC ਹੋਸਪਿਟਲ ਅਤੇ ਕ੍ਰਿਸ਼ਨਾ ਹੋਸਪਿਟਲ ਦੇ ਵਿੱਚ ਡਿਸਟ੍ਰੀਬਿਊਟ ਕਰ ਰਹੇ ਹਾਂ ਅਤੇ ਮੈਂ ਸਮਝਦਾ ਵੀ ਉਹ 4260 ਮਾਵਾਂ ਦੀਆਂ ਅਸੀਸਾਂ ਮਾਵਾਂ ਦਾ ਪਿਆਰ ਸਾਨੂੰ ਮਿਲ ਰਿਹਾ ਅਸੀਂ ਤਾਂ ਦੇਖੋ ਇੱਕ ਜ਼ਰੀਆ ਆ ਅਤੇ ਕਰਨ ਵਾਲੇ ਤਾਂ ਨਿੱਕੇ ਨਿੱਕੇ ਹੱਥ ਹੈ ਛੋਟੇ ਛੋਟੇ ਭਗਵਾਨ ਹੈ ਜੋ ਆ ਕੇ ਬੱਚੇ ਆਪਣੇ ਲੰਚ ਦੇ ਨਾਲ ਉਹ ਖਾਣਾ ਲੈ ਕੇ ਆਉਂਦੇ ਆ ਅਤੇ ਬਾਅਦ ਉਹਦੇ ਵਿੱਚ ਕ੍ਰੇਟਸ ਦੇ ਵਿੱਚ ਪਾ ਦਿੰਦੇ ਆ ਅਤੇ ਅਸੀਂ ਤਾਂ ਸਿਰਫ ਡਿਸਟ੍ਰੀਬਿਊਟ ਕਰਦੇ ਹਾਂ ਅਸੀਂ ਸਿਰਫ ਇੱਕ ਜ਼ਰੀਆ ਹੈ ਅਤੇ ਮੇਰੀ ਅਪੀਲ ਹੈ ਜੀ ਸਾਰੇ ਸਕੂਲਸ ਨੂੰ ਵੀ ਜਿਵੇਂ ਅਸੀਂ ਸਾਡੀ ਟੀਮ ਇਹ ਕਰ ਰਹੀ ਹੈ ਬਹੁਤ ਮਿਹਨਤ ਕਰਦੇ ਹਾਂ ਸਵੇਰੇ 1.5-2 ਘੰਟਾ ਹੀ ਲੱਗਦਾ ਅਤੇ ਬਹੁਤ ਸਾਰੇ ਸਕੂਲ ਹੋਰ ਆਪਣੇ ਆਪਣੇ ਸ਼ਹਿਰਾਂ ਵਿੱਚ ਦੇਸ਼ ਦੇ ਹਰੇਕ ਕੋਨੇ ਦੇ ਵਿੱਚ ਇੱਦਾਂ ਦੇ ਕੰਸੈਪਟ ਸ਼ੁਰੂ ਕਰੀਏ ਅਤੇ ਕੋਈ ਵੀ ਭੁੱਖਾ ਨਹੀਂ ਸੋਏਗਾ ਅਤੇ ਕਿਸੇ ਦੇ ਉੱਤੇ ਵੀ ਕੋਈ ਬੋਝ ਨਹੀਂ ਹੈ ਇੱਕ ਇੱਕ ਦੋ ਦੋ ਰੋਟੀ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਬਟ ਜਦੋਂ ਬੂੰਦ ਬੂੰਦ ਦੇ ਨਾਲ ਸਾਗਰ ਭਰਦਾ ਜਦੋਂ ਇੱਕ ਇੱਕ ਦੋ ਦੋ ਰੋਟੀਆਂ ਆਉਂਦੀਆਂ ਜੇ 1 ਲੱਖ ਬੰਦਾ ਬਣਾਏਗਾ ਤਾਂ 2 ਲੱਖ ਖਾਣਾ ਹੋ ਗਿਆ ਅਤੇ ਤਕਰੀਬਨ 70-80 ਹਜ਼ਾਰ ਲੋਕਾਂ ਦਾ ਢਿੱਡ ਭਰਿਆ ਜਾ ਸਕਦਾ ਅਤੇ ਕਿਸੇ ਉੱਤੇ ਕੋਈ ਵੀ ਬੋਝ ਨਹੀਂ ਪੈਂਦਾ ਅਤੇ ਦੂਜੀ ਗੱਲ ਇਹ ਹੈ ਕਿ ਆਪਾਂ ਸਿਰਫ ਰੋਟੀਆਂ ਤੱਕ ਸੀਮਤ ਨਾ ਰਹੀਏ ਐਜੂਕੇਸ਼ਨ ਦੀ ਲੋੜ ਹੈ ਮੈਡੀਸਿਨਸ ਦੀ ਲੋੜ ਹੈ ਓਪਰੇਸ਼ਨਸ ਦੀ ਲੋੜ ਹੈ ਇਸ ਕਰਕੇ ਕਈ ਸਕੂਲ ਇੱਦਾਂ ਜੇ ਖਾਣੇ ਦਾ ਨਹੀਂ ਕਰਨਾ ਚਾਹੁੰਦੇ ਤਾਂ ਮਹੀਨੇ 'ਚ ਇੱਕ ਦਿਨ ਰੱਖਣ ਜਿਸ ਦਿਨ ਉਹ ਆਪਣੀਆਂ ਕਾਪੀ ਪੈਨਸਲ ਪਾਣੀ ਦੀ ਬੋਟਲ ਬੈਗਸ ਸ਼ੂਜ਼ ਕੁਛ ਵੀ ਲਿਆਉਣ ਜੇ 5-10 ਹਜ਼ਾਰ ਬੱਚਾ ਬੈਗਸ ਲੈ ਕੇ ਆਉਂਦਾ ਤਾਂ 10 ਹਜ਼ਾਰ 5 ਹਜ਼ਾਰ ਬੈਗਸ ਇਕੱਠੇ ਹੋ ਜਾਂਦੇ ਆ ਕਿੰਨੇ ਹੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਉਹ ਚੀਜ਼ਾਂ ਮੁਹੱਈਆ ਹੋ ਸਕਦੀ ਹੈ ਅਤੇ ਇਹ ਸਾਰੀ ਸਾਡੀ ਮੁਹਿੰਮ ਹੈ ਜੀ ਅਸੀਂ ਚਾਹੁੰਦੇ ਹਾਂ ਸਾਡਾ ਸਾਥ ਦਿਓ ਸਾਡੇ ਨਾਲ ਆ ਕੇ ਖੜੋ ਵਲੰਟਰਲੀ ਸਾਡੇ ਆ ਕੇ ਹੱਥੀਂ ਸਾਡੇ ਨਾਲ ਕੰਮ ਕਰੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਹਰਜੀਤ ਦੁੱਗਰੀ ਦੇ ਨਾਲ ਫੋਕਸ .ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼